ਚਲੋ ਜੀ, ਆਪਣੇ ਸਾਹਮਣੇ ਦੀ ਸਰਕਾਰ ਦੇ ਨਾਲ ਲੜਾਈ, ਮੈਂ ਤੁਹਾਡੇ ਤੁਸੀਂ ਸੂਝਵਾਨ ਸੀਨੀਅਰ ਇਹਦੇ ਵਿੱਚ ਸਾਰੇ ਜਾਣੇ ਬੈਠੇ ਹੋ, ਅਸੀਂ ਆਪਸ ਦੇ ਵਿੱਚ ਇਹੀ ਸਲਾਹ ਕਰਾਂਗੇ ਕਿ ਸਾਡਾ ਜਿਹੜਾ ਇਸ ਸੰਘਰਸ਼ ਦੇ ਵਿੱਚ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਆ, ਕਿਉਂਕਿ ਸਰਕਾਰ ਹੁਣ ਅੱਗੇ ਚੋਣ ਜਾਬਤਾ ਲੱਗਣ ਤੋਂ ਸੰਘਰਸ਼ ਦੇ ਲਈ ਸੰਘਰਸ਼ ਕੀਤੀ ਹੈ, ਉਹ ਬਸਤੀ ਦੇ ਲਈ ਸੰਘਰਸ਼ ਕੀਤਾ ਔਰ ਉਹਨਾਂ ਦੇ ਵਿੱਚ ਬਿਲਕੁਲ ਹੱਕਦਾਰ ਆ, ਕਿਉਂਕਿ ਸਾਡੀ ਪਾਰਟੀ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਔਰ ਨਾ ਹੀ ਮੈਂ ਇੱਥੇ ਕੱਲ੍ਹ ਨੂੰ ਆ ਕੇ ਕਿਤੇ ਵੋਟਾਂ ਲੜਨੀ ਆ, ਠੀਕ ਹੈ ਜੀ, ਆਪਾਂ ਸਿਰਫ ਇਹੀ ਚਾਹੁੰਦੇ ਹਾਂ ਕਿ ਸਾਨੂੰ ਲੋਕ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਔਰ ਕੁਝ ਲੋਕ ਚਲੇ ਗਏ ਆ, ਇਸ ਸੰਘਰਸ਼ ਇਸ ਲਈ ਮੱਤ ਆਪਣਾ ਮੰਨ ਕੇ ਚੱਲਦੇ ਹਾਂ ਤੇ ਇਹ ਲੜਾਈ ਸਭ ਤੋਂ ਪਹਿਲੇ ਤੁਹਾਡੀ ਆਪਣੀ ਆ। ਅਗਲੀ ਮੀਟਿੰਗ ਆਪਾਂ ਚਾਹਾਂਗੇ ਉਹ ਸਾਰੇ 500 ਪਰਿਵਾਰ ਚ ਭਾਵੇਂ ਇੱਕ ਬੰਦਾ ਪਹੁੰਚੇਗਾ। ਜੈ ਸ਼੍ਰੀ ਰਾਮ, ਜੈ ਮਹਾਂਕਾਲ ਜੀ, ਮੈਂ ਚੇਤਨ ਕੱਕੜ, ਹਿੰਦੂ ਰਾਸ਼ਟਰ ਸੈਨਾ ਤੋਂ ਰਾਸ਼ਟਰੀ ਅਧਿਅਕਸ਼। ਅੱਜ ਜੋ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਜੋ ਧੱਕਾ ਕਲੋਨੀ ਦੇ ਵਿੱਚ ਆਉਣ ਦਾ ਜੋ ਮੁੱਖ ਇਹ ਵਿਸ਼ੇ ਇਹ ਹੈ ਕਿ ਇੱਥੇ 500 ਦੇ ਕਰੀਬ ਪਰਿਵਾਰ ਨੇ ਜੋ ਕਿ 40 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਪਰ ਉਹਨਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਆ ਰਿਹਾ ਆ ਕਿ ਕਾਰਪੋਰੇਸ਼ਨ ਦੁਆਰਾ ਜਾਂ ਹੋਰ ਵੀ ਜੋ ਸਹੂਲਤਾਂ ਦੇ ਆਪਣੇ ਸਮਾਰਟ ਸਿਟੀ ਦੇ ਵਿੱਚ ਹੁੰਦੀਆਂ ਨੇ ਉਹ ਸਹੂਲਤਾਂ ਉਹਨਾਂ ਤੱਕ ਨਹੀਂ ਪਹੁੰਚ ਰਹੀਆਂ ਔਰ 40 ਸਾਲਾਂ ਤੋਂ ਜਿਹਨਾਂ ਘਰਾਂ ਦੇ ਵਿੱਚ ਉਹ ਰਹਿ ਰਹੇ ਉਹਨਾਂ ਦੀ ਮਲਕੀਅਤ ਵੀ ਉਹਨਾਂ ਦੇ ਨਾਮ ਨਹੀਂ ਕੀਤੀ ਜਾ ਰਹੀ। ਪੁਰਾਣੇ 10-15 ਸਾਲ ਤੋਂ ਜਿੰਨੀਆਂ ਵੀ ਸਰਕਾਰਾਂ ਆ ਰਹੀਆਂ ਨੇ ਉਹ ਵਾਰ ਵਾਰ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਉਂਦੀਆਂ ਨੇ ਕਿ ਤੁਹਾਡੇ ਨਾਮ ਦੇ ਉੱਪਰ ਇਹ ਘਰਾਂ ਦੇ ਜੋ ਕਿ ਰਜਿਸਟਰੀਆਂ ਕਰ ਦਿੱਤੀਆਂ ਜਾਣਗੀਆਂ, ਪਰ ਲੇਕਿਨ ਇਹਨਾਂ ਨਾਲ ਹਰ ਵਾਰੀ ਵਿਸ਼ਵਾਸਘਾਤ ਹੁੰਦਾ ਆ। ਇਸ ਲਈ ਹਿੰਦੂ ਰਾਸ਼ਟਰ ਸੈਨਾ ਜੋ ਕਿ DC ਥਰੂ CM ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੀ ਹੈ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਜੋ ਕਿ ਇਹਨਾਂ ਦੇ ਨਾਮ 'ਤੇ ਇਹਨਾਂ ਦੇ ਘਰ ਕਰ ਦਿੱਤੇ ਜਾਣ ਜਿਨ੍ਹਾਂ ਦੇ ਵਿੱਚ ਇਹ ਕਾਫੀ ਸਮੇਂ ਤੋਂ ਰਹਿੰਦੇ ਆ ਰਹੇ ਨੇ, ਅਤੇ ਅਗਰ ਇਸ ਦੇ ਵਿੱਚ ਸਰਕਾਰ ਸਾਡਾ ਕਿਸੇ ਵੀ ਪੱਖੋਂ ਸਾਥ ਨਹੀਂ ਦਿੰਦੀ ਤਾਂ ਹਿੰਦੂ ਰਾਸ਼ਟਰ ਸੈਨਾ ਇਹਨੂੰ ਫਿਰ ਜ਼ਮੀਨੀ ਪੱਧਰ 'ਤੇ ਮੈਦਾਨ ਦੇ ਵਿੱਚ ਉਤਰ ਕੇ ਇਸ ਸੰਘਰਸ਼ ਨੂੰ ਉਲੇਖੇਗੀ ਔਰ ਇਸ ਸੰਘਰਸ਼ ਦੇ ਵਿੱਚ ਇੱਥੇ 500 ਤੋਂ ਕਰੀਬ ਘਰ ਹੈਗੇ ਆ, 500 ਦੇ ਕਰੀਬ 500 ਪਰਿਵਾਰ ਰਹਿੰਦੇ ਨੇ ਜੋ ਕਿ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ। ਇਹਨਾਂ ਦੇ ਵਿੱਚ ਸਿਰਫ ਸਰਕਾਰਾਂ ਦੇ ਆਪਣੇ ਨਿੱਜੀ ਸਵਾਰਥ ਨੇ, ਕਿਉਂਕਿ ਜਦੋਂ ਵੀ ਕੋਈ ਵੋਟਾਂ ਜਾਂ ਇਲੈਕਸ਼ਨ ਦਾ ਸਮਾਂ ਆਉਂਦਾ ਆ ਤਾਂ ਉਦੋਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਕਿ ਤੁਸੀਂ ਸਾਨੂੰ ਵੋਟਾਂ ਪਾਓ ਤੁਹਾਡੇ ਨਾਮ 'ਤੇ ਆਪਾਂ ਕਰ ਦਾਂਗੇ, ਪਰ ਇਹਨਾਂ ਵੱਲ ਉਸ ਤੋਂ ਬਾਅਦ ਕੋਈ ਧਿਆਨ ਨਹੀਂ ਦਿੰਦਾ, ਆਪਣਾ ਮਤਲਬ ਕੱਢ ਜਾਂਦੇ ਲੋਕ ਅਤੇ ਉਸ ਤੋਂ ਬਾਅਦ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਔਰ ਰਾਜਨੀਤੀ ਔਰ ਸ਼ੜਯੰਤਰ, ਕਿਉਂਕਿ ਤੁਹਾਨੂੰ ਪਤਾ ਵਿੱਚ ਹੀ ਕੁਛ ਇਨਸਾਨ ਇੱਦਾਂ ਦੇ ਹੁੰਦੇ ਨੇ ਜੋ ਕਿਸੇ ਨਾ ਕਿਸੇ ਪਾਰਟੀਆਂ ਨਾਲ ਜੁੜੇ ਹੁੰਦੇ ਨੇ, ਉਹ ਆਪਣੇ ਹੀ ਸਵਾਰਥਾਂ ਦੇ ਕਰਕੇ ਲੋਕਾਂ ਦਾ ਜੋ ਸ਼ਰੀਫ ਭੋਲੇ ਭਾਲੇ ਲੋਕ ਨੇ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕ ਜਾਂਦੇ ਆ। ਇਸ ਕਰਕੇ ਆਪਾਂ ਹੁਣ ਉਹ ਨਜਾਇਜ਼ ਫਾਇਦਾ ਨਹੀਂ ਚੁੱਕਣ ਦੇਣਾ, ਇਹੋ ਜਿਹੇ ਸ਼ਰਾਰਤੀ ਲੋਕਾਂ ਨੂੰ ਪਛਾਣਾਂਗੇ, ਆਪਣੇ ਇਸ ਏਕਤਾ ਨੂੰ ਹੋਰ ਵੱਡਾ ਕਰਾਂਗੇ ਔਰ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਜ਼ਮੀਨੀ ਪੱਧਰ 'ਤੇ ਲੜਾਈ ਲੜ ਕੇ ਇਹਨਾਂ ਨੂੰ ਜੋ ਕਿ ਇਹਨਾਂ ਦੇ ਹੱਕ ਦਵਾਏ ਜਾਣਗੇ। ਬਿਲਕੁਲ ਬਾਈਕਾਟ ਤਾਂ ਹੁਣ ਤੋਂ ਹੀ ਇਹਨਾਂ ਨੇ ਕਰਤਾ ਆ ਕਿ ਅਗਰ ਹੁਣ ਇਸ ਵਾਰ ਜਿਹੜੇ ਕਿ ਵੋਟ ਇੱਥੇ ਮੰਗਣ ਵਾਸਤੇ ਕੋਈ ਨਾ ਆਏ, ਸਭ ਤੋਂ ਪਹਿਲੇ ਇਹਨਾਂ ਦੇ ਹੱਕ ਇਹਨਾਂ ਨੂੰ ਦਿੱਤੇ ਜਾਣ, ਫਿਰ ਕੋਈ ਵੋਟ ਮੰਗਣ ਵਾਸਤੇ ਆਏ, ਇਹ ਵੀ ਮੈਂ ਸਾਰੀਆਂ ਪਾਰਟੀਆਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਹਾਂ। ਔਰ ਇਸ ਤੋਂ ਬਾਅਦ ਜੋ ਆਪਣਾ ਸੰਘਰਸ਼ ਹੈ ਸਾਡਾ, ਜਿਵੇਂ ਅੱਜ ਦੇਖ ਸਕਦੇ ਹਾਂ ਕਿ CM ਉਸ ਨੂੰ ਘੇਰ ਕੇ ਭਾਨੇ ਸਿੱਧੂ ਵਰਗੇ ਲੋਕਾਂ ਦੇ ਉੱਪਰ ਜਿਹੜੇ ਤਿੰਨ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਹੋਏ ਉਹਨਾਂ ਨੂੰ ਰਿਹਾਈਆਂ ਮਿਲ ਸਕਦੀਆਂ ਆ, ਅਤੇ ਇਹ ਕੀ ਗੱਲ ਗਰੀਬਾਂ ਨੂੰ ਇਹਨਾਂ ਦਾ ਹੱਕ ਨਹੀਂ ਮਿਲ ਸਕਦੇ, ਸਾਨੂੰ ਜ਼ਰੂਰਤ ਪਈ ਤਾਂ ਆਪਾਂ CM ਹਾਊਸ ਵੀ ਘੇਰਾਂਗੇ, ਜ਼ਰੂਰਤ ਪਈ ਤਾਂ DC ਦਫ਼ਤਰ ਵੀ ਘੇਰਾਂਗੇ। ਭੋਲੇ ਪ੍ਰਧਾਨ ਜੀ ਕਿੱਥੇ ਰਹਿੰਦੇ ਜੀ? ਇਹ ਖੰਡ ਵਾਲੇ ਧੱਕਾ ਕਲੋਨੀ 'ਚ ਜੀ। ਇਹ ਆ ਰਹੀਆਂ ਕਿ 40 ਤੋਂ ਸਾਰੇ ਪਰਿਵਾਰ ਰਹਿ ਰਹੇ ਹੈ ਅਤੇ 40 ਕੋਈ ਵੀ ਆਉਂਦਾ ਵਾ, ਲੀਡਰ ਆਉਂਦਾ ਵਾ, ਆਪਣਾ ਖੇਲ ਦਿਖਾ ਕੇ ਚਲਾ ਜਾਂਦਾ ਵਾ, ਇਹ ਭੋਲੇ ਭਾਲੇ ਲੋਕ ਜਿਹੜੇ ਆ ਫਸ ਜਾਂਦੇ ਆ।
ਅਸੀਂ ਖੁਦ ਫਸ ਜਾਂਦੇ ਹਾਂ ਕਿ ਸਾਨੂੰ ਜਦੋਂ ਆਉਂਦੇ ਆ, ਠੀਕ ਹੈ ਕਿ ਨਹੀਂ। ਇਹਨਾਂ ਦੇ ਸਮੱਸਿਆ ਵਾਸਤੇ ਅੱਜ ਸਾਡੇ ਭਾਅ ਜੀ ਆਏ ਨੇ, ਵੀਰ ਜੀ ਸਾਡੇ ਪੁੱਤਰ ਜੀ ਆਏ ਨੇ, ਅਤੇ ਉਹਨਾਂ ਨੇ ਆਖਿਆ ਵੀ ਅਸੀਂ ਤੁਹਾਡੀ ਲੜਾਈ ਲੜਾਂਗੇ, ਅਸੀਂ ਇਹਨਾਂ ਦਾ ਸਾਥ ਪੂਰਾ ਦੇਵਾਂਗੇ, ਇਹਨਾਂ ਦੇ ਨਾਲ ਆ। ਇਹ ਕਲੋਨੀ 40 ਸਾਲਾਂ ਤੋਂ ਅੜੀ ਪਈ ਆ, ਇਹ ਕਿਸੇ ਵੀ ਸਾਡੇ ਨਾਂ ਨਹੀਂ ਹੈਗੀ, ਸਾਨੂੰ ਖੁਦ ਨਹੀਂ ਪਤਾ ਅਸੀਂ ਕਿਰਾਏਦਾਰ ਹਾਂ ਕਿ ਜਾਂ ਅਸੀਂ ਮਾਲਕ ਹਾਂ। ਇਸ ਕਰਕੇ ਇਹ ਲੜਾਈ ਲੜਨੀ ਆ, ਅਸੀਂ ਇਹਨਾਂ ਦਾ ਸਾਥ ਪੂਰਾ ਦੇਵਾਂਗੇ ਕਿ ਇਹ ਲੜਾਈ। Thank you.